ਹੁਸ਼ਿਆਰਪੁਰ ਦੇ ਪਿੰਡ ਟਿਹਾਣਾ ਵਿਖੇ ਪੀਰ ਬਾਬਾ ਗੁੱਦੜ ਸ਼ਾਹ ਜੀ ਤੇ ਪੀਰ ਬਾਬਾ ਬੁੱਟੇ ਸ਼ਾਹ ਜੀ ਦਾ ਮੇਲਾ ਸਰਕਾਰ ਦੇ ਹੁਕਮਾਂ ਅਨੁਸਾਰ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਬਾਬਾ ਜੀ ਦਾ ਮੇਲਾ ਮਨਾਇਆ ਗਿਆ। ਇਸ ਮੌਕੇ ਪ੍ਰਧਾਨ ਰਾਜਪਾਲ ਸਿੰਘ ਨੇ ਕਿਹਾ ਕਿ ਇਹ ਮੇਲਾ ਜੇਠ ਦੇ 24 ਤੇ 25 ਜੂਨ ਨੂੰ ਮਨਾਇਆ ਜਾਂਦਾ ਹੈ। ਸੋਸ਼ਲ ਡਿਸਟੈਂਸ ਦਾ ਖਿਆਲ ਰੱਖਦੇ ਹੋਏ ਲੰਗਰ ਨੂੰ ਪੈਕ ਕਰਕੇ ਲੋਕਾਂ ਦੇ ਘਰ ਤੱਕ ਵੀ ਪਹੁੰਚਾਇਆ ਗਿਆ। ਇਸ ਮੌਕੇ ਸਾਬਕਾ ਸਰਪੰਚ ਰਾਮ ਪ੍ਰਕਾਸ਼, ਪ੍ਰਧਾਨ ਰਾਜਪਾਲ ਸਿੰਘ, ਜਸਵੀਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ, ਸੁਰਜੀਤ ਕੌਰ ਆਦਿ ਹਾਜ਼ਰ ਹੋਏ। ਹੁਸ਼ਿਆਰਪੁਰ ਤੋਂ ਗੁਲਜ਼ਾਰ ਹੁਕੜਾ ਦੀ ਰਿਪੋਰਟ, ਲਾਈਵ ਇੰਡੀਆ ਨਿਊਜ਼ 24।